पर एक गल का मान सानू है कि मान है किस गल का सानू फखर है किस गल का सानू हौसला है कि मुल्क अली शाह साहब की जुबानी सुनवा आप लिखते हैं कि ਪਕੜ ਲੋ
شاید نہ انگلستان چ نہ ہندوستان چ نہ پاکستان چ نہ ترکمانستان چ نہ ایران چ نہ آدر بھائی جان وچ کتنے بھی تو مجھے دسی کوڑی کی اسمانہ دی لگتی ہوے تے اسی نو پھٹ کے پکڑ لو یا اللہ تو آہنے میری رسی نو پھٹ کے پکڑو او سنیا تیری رسی نظر سانو دنیا وچ تے کتنا آوندی نہیں بھی نظر کہ اسی نو مضبوطی نال پکڑ لو گے او نو پھٹ لو گے او نو تھم لو گے گل کی میرے سامنے آ کے میں اج تک پہ جانا ہے
ਮੈਂ ਆਖਿਆ ਮੇਰੇ ਵਾਸਤੇ ਦੁਆ ਜ਼ਰੂਰ ਕਰੀ ਤੇ ਮੈਂ ਅੱਜ ਦਾ ਇਰਾਦਾ ਮੇਰੇ ਦਿਲ ਚੋਂ ਨਿਕਲ ਗਿਆ ਪਰ ਮੈਂ ਅੱਜ ਦਾ ਇਰਾਦਾ ਨਿਕਲਣ ਦੇ ਬਾਵਜੂਦ ਬੜਾ ਖੁਸ਼ ਹੋ ਕੇ ਘਰ ਆਇਆ ਦਿਲ ਬੜਾ ਮੁਤਮਈਨ ਦਿਲ ਬੜਾ ਸ਼ਾਦ ਆਜ ਦਿਨ ਵਕਤ ਗੁਜ਼ਰਿਆ ਵਕਤ ਗੁਜ਼ਰਿਆ ਗੱਲ ਬੜੀ ਖੂਬੀ ਵਾਲੀ ਹੈ ਵਕਤ ਗੁਜ਼ਰਿਆ ਤੇ ਅੱਜ ਤਾਂ ਲੋਕ ਟੁੱਟ ਗਏ ਅੱਜ ਹੀ ਗਏ ਵਾਪਸ ਆਏ ਤੇ ਜਿਹੜੇ ਮੇਰੇ ਅਮ ਅਸਰ ਉਲਬਾਸ ਸਨ ਸ਼ਾਇਕ ਸਨ ਦੋਸਤ ਆਪਾਪ ਸਭ ਜਿਹਨਾਂ ਨਾਲ ਮਿਲਣ ਗਿਆ ਨਾ ਕਿ ਅੱਜ ਹੀ ਹੋ ਗਿਆ ਤੇ ਮੈਂ ਜਿੰਨੂੰ ਜਾ ਕੇ ਮੁਬਾਰਕ ਦਿਆਂ ਕਿ ਜਨਾਬ ਤੁਹਾਨੂੰ ਮੁਬਾਰਕ ਹੋਵੇ ਅੱਜ ਦੀ ਤੇ ਅੱਲਾਹ ਤਾਲਾ ਜਿਹੜਾ ਤੁਸੀਂ ਸੱਜ ਕੀਤਾ ਕਬੂਲ ਕਰੇ ਆ ਦਿਨ ਇੱਕ ਨੂੰ ਵੀ ਆਖਾਂ ਦੂਸਰੇ ਨੂੰ ਵੀ ਆਖਾਂ ਤੀਸਰੇ ਨੂੰ ਵੀ ਆਖਿਆ ਸਾਰਿਆਂ ਦੀ ਤੀ ਪਰ ਇੱਕ ਅਜਬ ਗੱਲ ਹੋ ਗਈ ਜਿਸ ਤੋਂ ਮੈਂ ਹੈਰਾਨ ਹੋ ਗਿਆ ਕਿ ਜਿੰਨੂੰ ਜਿਹਨੂੰ ਮੈਂ ਸਲਾਮ ਦਿੰਦਾ ਰਿਹਾ ਜਿੰਨੇ ਜਿਹਨੂੰ ਮੈਂ ਅੱਜ ਦੀ ਮੁਬਾਰਕ ਦਿੰਦਾ ਰਿਹਾ ਉਹ ਵੀ ਮੈਨੂੰ ਉਹ ਅੱਜ ਦੀ ਮੁਬਾਰਕ ਦਿੰਦਾ ਰਿਹਾ ਉਹ ਆਖਿਆ ਯਾਰਾ ਸਾਡੇ ਵਾਸਤੇ ਦੁਆ ਕੀਤੀ ਅੱਲਾ ਤੇਰਾ ਵੀ ਅੱਜ ਕਬੂਲ ਕਰੇ ਤੇਰਾ ਵੀ ਅੱਜ ਕਬੂਲ ਕਰੇ ਮੈਂ ਹੈਰਾਨ ਹੋ ਗਿਆ ਅੱਜ ਤਾਂ ਮੈਂ ਗਿਆ ਕੋਣਾ ਇਹ ਸਾਰੇ ਗੇਰ ਇਹ ਸਾਰੇ ਮਨੁੱਖ ਦੀ ਆਦਮ ਦੀ ਤਰ੍ਹਾਂ ਅੱਜ ਦੀ ਮੁਬਾਰਕ ਹੋਇਆ ਤਾਂ ਅੱਜ ਤਾਂ ਮੈਂ ਸਿਰੇ ਤੋਂ ਪੜਾ ਗਿਆ ਕੀ ਗੱਲ ਹੋ ਗਈ ਅਬਦੁੱਲਾ ਬਿਨ ਮੁਬਾਰਕ ਜੀ ਅਸਦੀ ਆਦਰ ਘਰ ਆ ਗਿਆ ਪਰੇਸ਼ਾਨੀ ਦੇ ਆਲਮ ਵਿੱਚ ਸੋ ਗਿਆ ਮੈਂ ਸੁੱਤਾ ਨਸੀਬ ਜਾ ਗਿਆ ਜਨਾਬੇ ਮੁਹੰਮਦ ਮੁਸਤਫਾ ਅਹਿਮਦ ਮੁਸਤਫਾ ਸ਼ਹਿਨਸ਼ਾਹ ਹਰ ਤੋਂ ਸਰਾਤ ਦੀ ਮੈਨੂੰ ਜ਼ਿਆਰਤ ਹੋ ਗਈ ਸਰਕਾਰ ਦੀ ਜ਼ਿਆਰਤ ਹੋਈ ਮੈਂ ਉੱਠਿਆ ਮੈਂ ਦਸਤ ਬੋਸੀ ਕੀਤੀ ਤੇ ਸਰਕਾਰ ਨੇ ਫਰਮਾਇਆ ਐ ਇਬਨੇ ਮੁਬਾਰਕ ਉਹ ਪਰੇਸ਼ਾਨ ਹੋਣ ਦੀ ਲੋੜ ਕੋਈ ਉਹ ਤੂੰ ਅੱਜ ਤਾਂ ਬੇਸ਼ੱਕ ਜ਼ਾਹਿਰ ਨਾ ਗਿਆ ਪਰ ਜਿਲੇ ਤੂੰ ਮੇਰੀ ਇੱਕ ਧੀ ਦੀ ਖਿਦਮਤ ਕੀਤੀ ਹੈ ਉਹ ਤੇਰਾ ਇਹ ਅਮਲ ਅੱਲਾ ਨੂੰ ਡਾ ਪਸੰਦ ਆਇਆ ਅੱਲਾ ਨੇ ਤੇਰੀ ਸ਼ਕਲ ਦਾ ਇੱਕ ਫਰਿਸ਼ਤਾ ਪੈਦਾ ਕੀਤਾ ਵੈ ਉਹਨੇ ਅੱਜ ਕੀਤਾ ਵੈ ਔਰ ਐ ਇਬਨੇ ਮੁਬਾਰਕ ਕਿਆਮਤ ਤੱਕ ਅੱਜ ਆਉਂਦੇ ਰਹਿਣਗੇ ਉਹ ਫਰਿਸ਼ਤਾ ਤੇਰੀ ਤਰਫੋਂ ਅੱਜ ਕਰਦਾ ਰਹੇਗਾ ਸੁਭਾਨੱਲਾਹ ਸਾਨੂੰ ਅਹਿਲੇ ਬੈਤ ਦੀ ਮੁਹੱਬਤ ਜਿੰਦੇ ਅਤਾ ਫਰਮਾਇਆ।